ए आकाशवाणी जम्मू है बडलग खबरंच तुंदा स्वागत पहले खास खास खबरन के नेम मैं विजय बजाज प्रधानमंत्री नरेंद्र मोदी ओरें यूक्रेन संकट गी खत्म करने ले हिंसा गी रोकने ते गलबद दा कोई जरिया तुपने दे अपने सुझाव गी दोहराया है ते ईमानदारी बाल करने दे जतनेच कुसा भी किस्मत दे योगदान देने दी दे भारत दी इच्छा विचार जाहिर कीती है यूक्रेन च फसे दे 219 पार ती बसने के लिए ये पहली ड्वारी जंदिराती रोमानिया थमा मुंबई पुजी ਪਰਧਨ ਮੰਤਰੀ ਨਰਿੰਦਰ ਮੋਦੀ ਹੋਰ ਆਪਣੇ ਰੇਡੀਓ ਕਾਰਕ੍ਰਮ ਮਨ ਦੀ ਬਾਤਾਂ ਆਜ ਦੇਸ਼ ਵਿਦੇਸ਼ ਚਰਾਉਣ ਵਾਲੇ ਸ਼੍ਰੋਤਾਇਂ ਕਨੇ ਵਿਚਾਰ ਸਾਂਝੇ ਕਰਨਗਣ ਤੇ ਪੁਨਚ ਜ਼ਿਲ੍ਹੇ ਚ ਸੁਰੱਖਿਆ ਬਲੇ ਨਿਯੰਤਰਣ ਰੇਖਾ ਕਰਨੇ ਲਗਦੇ ਇਲਾਕੇ თਮਾ 15 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਜਿਹਦਾ ਅੰਤਰਰਾਸ਼ਟਰੀ ਬਾਜ਼ਾਰੇ ਚ ਮੁੱਲ 75 ਕਰੋੜ ਰੁਪਏ ਕੋਲ ਮਤਾ ਦੱਸਿਆ ਜਾਂਦਾ ਹੈ ਖਬਰਾਂ ਦੀ ਤਫਸੀਲ ਕੋਲ ਪਹਿਲੇ ਇੱਕ ਜ਼ਰੂਰੀ ਸਨੀਆ ਉਨ ਜਿਲਾ ਕਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਕਰੀ ਅਜੇ ਵੀ ਚਿੰਤਾ ਬਣੀ ਦੀ ਹੈ ਆਸ ਆਪਣੇ ਸਰੋਤਾਂ ਕੀ ਅਪੀਲ ਕਰਾ ਕਰਨੀਆਂ ਜੀਓ ਸੋਗੇ ਰਾਉਂ ਤੇ ਪੂਰੀ ਚਾਲੀ ਟੀਕਾਕਰਨ ਕਰਵਾਈ ਲੈਣ ਤੇ ਕੰਨੇ 15 ਕੁਲਾ ਲਈਏ 18 ਬਰੇਂ ਤੋੜੀ ਦੀ ਬਰੇਸੂ ਦੇ ਬੱਚੇ ਸਮੇਤ ਔਰਨੇ ਲੋਕਾਂ ਦੇ ਟੀਕਾਕਰਨ ਚ ਮਦਦ ਵੀ ਕਰਨ ਮਿਹਰਬਾਨੀ ਕਰੀ ਹੈ ਰਾਜੀ ਬਾਜੀ ਰੌਣੇ ਆਸਤੇ ਤ੍ਰੈ ਸਖੱਲੇ ਉਪਾਏ ਦੀ ਪਾਲਮਾ ਬਰੋਬਰ ਜਾਰੀ ਰੱਖੋ ਮੂੰਹਾਂ ਪਰ ਮਾਸਕ ਪਾਓ ਆਪੁੰਚਾ ਦਉ ਗੱਜ ਦਾ ਸੁਰੱਖਿਤ ਛਿੰਡਾ ਰੱਖੋ ਤੇ ਹੱਥੇ ਤੇ ਮੂੰਹਾਂ ਕੀ ਸਾਫ ਸੁਥਰਾ ਰੱਖਣ ਪਰ ਚੇਚਾ ਧਿਆਨ ਦਿਓ ਕੋਵਿਡ ਮੁਤਲਕ ਕੋਈ ਜਾਣਕਾਰੀ ਜਾਂ ਮਾਰਗਦਰਸ਼ਨਾ ਹਾਸਲ ਕਰਨ ਲਈ ਤੁਸੀਂ ਰਾਸ਼ਟਰੀ ਐਲਪਲਾਈਨ ਨੰਬਰਾਂ ਉਪਰ ਸੰਪਰਕ ਕਰੀ ਸਕਦੇ ਹੋ ਇਹ ਨੰਬਰ ਨ 01123978046 ਤੇ ਦੂਆ ਨੰਬਰ 1075 ਹੁਣ ਖਬਰਿੰਦੀ ਤਫਸੀਲ ਕਰਨਾ ਜਗਮੋਹਨ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕੱਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਉੰਦੇ ਕਨ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰਾਸ਼ਟਰਪਤੀ ਜ਼ੇਲੈਂਸਕੀ ਹੋਰੇ ਪ੍ਰਧਾਨ ਮੰਤਰੀ ਮੋਦੀ ਹੋਰੇ ਕੀ ਯੂਕਰੇਨ ਚ ਚੱਲ ਰਹੀ ਸੰਘਰਸ਼ ਦੇ ਤਾਜ਼ਾ ਹਾਲਾਤ ਬਾਰੇ ਬਿਓਰੇ ਬਾਹਰ ਜਾਣਕਾਰੀ ਦਿੱਤੀ। ਮੋਦੀ ਹੋਰੇ ਉੱਥੇ ਹੋਰ ਦੇ ਜਾਨੀ ਤੇ ਮਾਲੀ ਨੁਕਸਾਨ ਉਪਰ ਗਹਿਰਾ ਦੁੱਖ ਪ੍ਰਗਟ ਕਰਦੇ ਹੋਈ ਇਨਸਾਫ ਕੀ ਤੁਰਤ ਖਤਮ ਕਰਨੇ ਤੇ ਗੱਲਬਾਤ ਕਰਨੇ ਚ ਜ਼ੋਰ ਦਿੱਤਾ ਤੇ ਸ਼ਾਂਤੀ ਬਹਾਲ ਕਰਨ ਲਈ ਕੁਛ ਵੀ ਚਾਲੀ ਦੋ ਯੋਗਦਾਨ ਦੇਣ ਦੀ ਭਾਰਤ ਦੀ ਇੱਛਾ ਵੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਮੋਦੀ ਹੋਰੇ ਰਾਸ਼ਟਰਪਤੀ ਜ਼ੇਲ यूक्रेन च मौजूद भारतीय विद्यार्थियों सने भारतीय नागरिकों की सुरक्षा तक्षा लारत की गहरी चिंता बारे भी अवगत करवाया सुरक्षित मुल्क वापस यूक्रेन के अधिकारियों सवा सुविधा सहयोग दी भी मंग की थी यूक्रेन च फे भारतीय चा दो सौ उन्नी आये जहज जन् राातीं मुंबई दे छत्रपति शिवाजी महाराज हवई अड्डे पर पुजी गया विदेश मंत्री डॉ एस जयशंकर हो इ भारतीय का स्वागत की अपने एक ट्वीट च उन्हें इसी ऑपरेशन गंगा दा पहला कदम करार जे यूक्रेन च फे बाकी भारतीय गी भी मुल्क वापस आने आनने गैमी कार्रवाई जारी है ते विदेश मंत्रालय इस पेठा जमीनी हालात पर पूरी ते नेमी तक रखा है ਦੇ ਰੋ ਆਪੋਂ ਵੀ ਇਹਦੇ ਪਰ ਨਜ਼ਰ ਬਣਾਈ ਰੱਖੇ ਦਿਨਾ ਉਹਨੇ ਰូមਾਨੀਆ ਦੇ ਵਿਦੇਸ਼ ਮੰਤਰੀ ਬੋਗਡੈਨ ਔਰੇਸਕੋ ਰਿੰਗੀ ਉੰਦੀ ਸਰਕਾਰ ਦੀ ਤਰਫਾ ਸਹਿਯੋਗ ਦੇਣ ਲਈ ਆਭਾਰ ਵੀ ਪ੍ਰਗਟ ਕੀਤਾ ਤੋਹੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਆਖਿਆ ਜੇ ਸਰਕਾਰ ਬਾਕੀ ਰੋਂਦੇ ਭਾਰਤੀਆਂ ਕੀ ਵੀ ਪੂਰੀ ਚਾਲੇ ਸੁਰੱਖਿਟੰਗਨੇ ਮੁਲਕ ਵਾਪਸ ਆਉਣੇ ਚ ਕੋਈ ਕਸਰ ਨਹੀਂ ਛੋੜੋਗ ਉਹਨੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਇਸ ਕੱਲਾ ਪੱਕਾ ਤੇ ਯਕੀਨ ਕੀਤਾ ਹੈ ਜੇ ਭਾਰਤੀਆਂ ਦੀ ਸੁਰੱਖਿਆ ਸਰਕਾਰ ਦੀ ਸਭਨੇ ਸਭ ਪਹਿਲੀ ਤਰਜੀਹ ਹੈ ਤੇ ਯੂਕਰੇਨ ਚ ਫਸੇ ਦੇ ਭਾਰਤੀਆਂ ਕੀ ਵਾਪਸ ਆਣੇ ਸਾਰਾ ਖਰਚਾ ਸਰਕਾਰ ਚੁੱਕੋਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਬੜਲਾ 11 ਵਜੇ ਆਕਾਸ਼ਵਾਣੀ ਪਰ ਆਪਣੇ ਮਨ ਕੀ ਬਾਤ ਕਾਰਕ੍ਰਮ ਰਾਏ ਦੇਸ਼ ਵਿਦੇਸ਼ ਚਰਣੇ ਵਾਲੇ ਸ਼੍ਰੋਤਾਇਨ ਗੰਨੇ ਆਪਣੇ ਵਿਚਾਰ ਸਾਂਝੇ ਕਰਨ ਗਨ ਇਹ ਇਸ ਮਹਾਵਾਰ ਰੇਡੀਓ ਕਾਰਕ੍ਰਮ ਦੇ 86 ਕੀਸਤੋਗ ਜਦਾ ਪ੍ਰਸਾਰਣ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਸਮੂਲ ਚ ਨੈਟਵਰਕ ਉਪਰ ਕੀਤਾ ਜਾ। ਇਦਿਲਾਵਾ ਆਕਾਸ਼ਵਾਣੀ ਖਬਰੇ ਦੀ ਵੈਬਸਾਈਟ ਨਿਊਜ਼ ਔਨ ਆਈਆਰ ਮੋਬਾਈਲ ਐਪ ਉਪਰ ਵੀ ਇਹਦਾ ਸਿੱਧਾ ਪ੍ਰਸਾਰਣ ਹੋਗ। ਇਦਿਲਾਵਾ ਆਕਾਸ਼ਵਾਣੀ ਖਬਰੇ ਡੀਡੀ ਨਿਊਜ਼ ਪ੍ਰਧਾਨ ਮੰਤਰੀ ਦੇ ਦਫਤਰ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲ ਤੇ ਵੀ ਇਹਦਾ ਸਿੱਧਾ ਪ੍ਰਸਾਰਣ ਕੀਤਾ ਜਾਗ ਆਕਾਸ਼ਵਾਣੀ ਪਾਸੇ ਆਂ ਦੇ ਚ ਪ੍ਰਸਾਰਣ ਦੇ ਤੁਰਤ ਮਗਰਾ ਇਹਦਾ ਡੋਗਰੀ ਭਾਸ਼ਾ ਚ ਅਨੁਵਾਦ ਪ੍ਰਸਾਰਿਤ ਕੀਤਾ ਜਾਗ ਇਹਦਾ ਡੋਗਰੀ ਅਨੁਵਾਦ ਰਾਤੀ 8 ਵਜੇ ਇੱਕ ਵਾਰੀ ਪਰਤੀਏ ਤੋਂ ਸੁਣ ਸਕਦੇ ਹੋ ਰਾਸ਼ਟਰੀ ਜਨਰਲੀ ਸ਼ਿਰਕੇ ਤੇ ਟਾਂਚਾਗਤ ਵਿਕਾਸ ਨਿਗਮ ਲਿਮਟਿਡ ਐਨ ਐਚ ਆਈ ਡੀ ਸੀ ਐਲ ਦੇ ਨਵੇਂ ਨਿਯੁਕਤ ਪ੍ਰਬੰਧ ਨਿਦੇਸ਼ਕ ਚੰਚਲ ਕੁਮਾਰ ਹੋਰੇ ਜੰਮੂ ਕਸ਼ਮੀਰ ਦਾ ਤਰੋਂ ਦਿਨ ਦਾ ਦੌਰਾ ਕੀਤਾ ਇਸ ਦੌਰਾਨ ਉਹ ਲੈਫਟਨ ਗਵਰਨਰ ਮਨੋਜ ਸਿੰਘ ਹੋਰੇ ਕੀ ਮਿਲੇ ਤੇ ਨਿਗਮ ਆਸਿਆ ਕੇਂਦਰ ਸ਼ਾਸਿਤ ਪ੍ਰਦੇਸ਼ ਚ ਤੋੜ ਚਾੜੇ ਜਾ ਰਹੇ ਬਕਪਕ ਪ੍ਰੋਜੈਕਟਾਂ ਦੇ ਬਾਰੇ ਚ ਤਫਸੀਲੀ ਜਾਣਕਾਰੀ ਉਹਦੇ ਕਨੇ ਸਾਂਝੀ ਕੀਤੀ ਧਿਆਨਯੋਗ ਹੈ ਜੇ ਐਨ ਐਚ ਆਈ ਡੀ ਸੀ ਐਲ ਮੁੱਖ ਤੌਰ ਪਰ ਜੰਮੂ ਤੇ ਸ੍ਰੀਨਗਰ ਬਸ਼ਕਾਰ ਸੰਪਰਕ ਲਈ ਮਤਵਾਦਲ ਰਸਤੇ ਐਨ ਐਚ 244 ਦਾ ਦਰਜਾ ਬਦਾਨੇ ਕਨੋਕਨੀ ਜੰਮੂ ਅਖਨੂਰ ਸੜਕਾਂ ਕੀ ਚੜਾ ਕਰੀਏ ਕਨੋਕਨੀ ਚਾਉ ਗੱਡੀਆਂ ਦੇ ਲੰਘਣੇ ਜੋਗ ਬਣਾਉਣੇ ਵਾਲੀਆਂ ਪ੍ਰਯੋਜਨਾਏ ਕੀ ਤੋੜ ਚਾੜਾ ਕਰਤਾ ਹੈ ਸ਼ੜਾ ਜੰਮੂ ਪ੍ਰਾਂਤ ਅਚ ਗਿਆ 5200 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਕਨੇ 12 ਬਾਕ-ਬਾਕ ਪ੍ਰਯੋਜਨਾਏ ਕੀ ਇਹ ਨਿਗਮ ਤੋੜ ਚਾੜਾ ਕਰਤਾ ਚੰਚਲ ਕੁਮਾਰ ਹੋਰੇ ਆਪਣੇ ਦੌਰੇ ਦੌਰਾਨ ਚਿਨੈਨੀ ਸੁਦਮਹਾਦੇਵ ਸੜਕ ਐਨ ਐਚ 244 ਜਰਨਲਿਸਟ ਸੜਕ ਦੇ ਰੱਖ ਰੱਖਾ ਆਪਦੇ ਕੰਮ 1.57 ਕਿਲੋਮੀਟਰ ਲੰਮੀ ਖਲੈਨੀ ਜ਼ੁਰੰਗ ਤੇ ਖਲੈਨੀ თਮਾਠਾਠਰੀ ਚੋਕ ਤੱਕ ਘਰ ਬਣਾਈ ਜਾਂਦਾ ਸੜਕਾਂ ਦੇ ਕਮ ਮੈਦਾ ਬਿਨਿਰਿਕਸ਼ਨ ਕੀਤਾ ਉਹਨੇ ਮੁਖ ਸਚਿਵ ਡਾਕਟਰ ਅਰੁਣ ਕੁਮਾਰ ਮਹਿਤਾਨ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਹਨੇਗੀ ਐਨ ਐਚ ਆਈ ਡੀ ਸੀ ਰਾਸੀਆ ਥੈ ਚਲਾਤੇ ਦੇ ਕਮੇ ਦੇ ਬਾਰੇ ਚ ਪੂਰੀ ਜਾਣਕਾਰੀ ਦਿੱਤੀ डोडा के जिला विकास कमिश्नर विकास शर्मा कल डोडा मुंसिपल कमेटी के प्रतिनिधियों और होने प्रमुख अफसरें क एक बैठक लाइए कस्बे च गडिया खडेरने बहुमंजिला पार्किंग बनाने संबंधे सलाह कि सड़े डोडा आ संवाददाता फयाज पम्पोरी ने जानकारी दी बैठक दौरान मुंसिपल कमेटी के अधिकारियों पार्किंग की प्रस्तावित थारें की बदलने दी, पेश की पेशकश की जिला विकास कमिश्नर हो अतिरिक्त जिला विकास कमिश्नर आख्या हो शिनाख्त की गिदियों थारे ਕਰਨ ਤਾਂ ਜੇ ਕੁਸਬ ਬਨਕ ਦੀ ਥਾਰਾ ਪਰ ਪਾਰਕਿੰਗ ਬਣਾਉਣ ਦਾ ਮੁਕਦਾ ਫੈਸਲਾ ਲਿਆ ਜਾਇ ਸਕੇ ਜਿਹਦੇ ਨੇ ਆਮ ਜਨਤਾ ਕੀ ਵੀ ਸਹੂਲਤ ਤੇ ਰਾਤ ਥੋਈ ਸਕੇ भारत की आजादी का पचहत्रवं बरा शुरू होने के सिलसिले च आकाशवाणी जम्मू का क्षेत्रीय समाचार एकांश जम्मू यूनिवर्सिटी डिपार्टमेंट दे दे ऑफ स्टूडेंट्स वेलफेयर के सहयोग ने पेश करा कर एक विशेष प्रश्नोत्तरी आजादी का अमृत महोत्सव क्विज इंडिया एट सेवंटी फाइव एदहत हर संगारे बडले नौ बी भी भीं डोगरी बुलेटिन एक सोल पुजे है जता जवाब श्रोता ईमेल एड्रेस इंडिया सेवंटी फाइव क्वज एट जीमेल डॉट कॉम पर भेजी जेतुए की ताल परची राय की उन् नाए की घोषणा अगले रोज मंगलवार से डोगरी की श्रोताएं अग्गे अपील है जो जवाब के अपना पूरा पता भी लिखन ते जेतुएं सर्टिफिकेट डाके रें उनके घरें तर जाय जा स्रोताएं के इी अपील है जो सर्टिफिकेट थोने मगर उ एक सेल्फी खिंच असें जरूर भेजन ताज उसी सोशल मीडिया पर अपलोड करी ਪੁੰਤ ਜਿਲਚੇ ਬੰਨੇਪਾਰਾ ਨਸ਼ੀਲੇ ਪਦਾਰਥ ਚੋਰੀ ਛੱਪੇ ਆਨਣ ਦੀ ਇੱਕ ਵੱਡੀ ਸਾਜ਼ਿਸ਼ ਕੀ ਨਾਕਾਮ ਕਰਤੀ ਹੋਈ ਸੁਰੱਖਿਆ ਬਲੇ ਨਿਯੰਤਰਣ ਰੇਖਾ ਕਨੇ ਲਗਦੇ ਇੱਕ ਗ੍ਰਾਂਜਾ 15 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਜਿਹਦਾ ਅੰਤਰਰਾਸ਼ਟਰੀ ਬਾਜ਼ਾਰਾ ਚ ਮੁੱਲ 75 ਕਰੋੜ ਰੁਪਏ ਕੋਲ ਮਤਾ ਦੱਸਿਆ ਜਾਂਦਾ ਹੈ ਪੁਲਿਸ ਸੂਤਰੇ ਮੁਜਬ ਮੈਂਡਰ ਦੇ ਬਾਲਾਕੋਟ ਸੈਕਟਰ ਚ ਪੁਲਿਸ ਤੇ ਫੌਜ ਦੀ ਤਪਾਈ ਵਾਲੀ ਇੱਕ ਸਾਂਝੀ ਕਾਰਵਾਈ ਦਰਾਨ ਇਹ ਬਰਾਮਦਗੀ ਕੀਤੀ ਗਈ ਹੈ ਕਿੱਲੋ-ਕਿੱਲੋ ਦੇ 15 ਪੈਕਟਨ ਚ ਰੱਖੇ ਗਏ ਕਿਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਬਾਅਦ ਐਨਡੀਪੀਐਸ ਕਾਨੂੰਨਾਂ ਤਹਿਤ ਐਫਆਈਆਰ ਦਰਜ ਕਰੀ ਹੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਲਾਕੇ ਚ ਤੋਪਾਈ ਵਾਲੀ ਕਾਰਵਾਈ ਅਜੇ ਵੀ ਜਾਰੀ ਹੈ ਜੰਮੂ ਪੁញਚ ਲੋਕ ਸਭਾ ਅਲਕੇਤਮਾ ਸੰਸਦ ਸਦਸਿਅ ਜੁਗਲ ਕਿਸ਼ੋਰ ਸ਼ਰਮਾ ਜਿਹੜੇ ਇਹਨੇ ਦਿਨੇ ਬੰਨੇ ਵਾਲੇ ਜ਼ਿਲ੍ਹੇ ਰਜੋਰੀ ਦੇ ਤਰ੍ਹਾਂ ਦਿਨੇ ਤੇ ਦੌਰੇ ਪਰਨ ਓਰੇਂਦਰਾ ਲਲਕੇ ਦੇ ਕੋਟ ਰੰਕਾ ਬੁੱਦਲ ਤੇ ਦਰਮਨ ਕੇਵਲ ਇਲਾਕੇ ਦਾ ਦੌਰਾ ਲਾਈਏ ਉਥੇ ਕਈ ਸਾਰੀ ਜਨ ਸਭਾਾਂ ਗਿਸ ਕਾਲ ਸੰਬੋਧਿਤ ਕੀਤਾ ਕੀ ਠੱਗੇ ਭਾਸ਼ਣ ਦਿੰਦੇ ਹੋਈ ਸੰਸਦ ਸਦਸਿਓ ਨੇ ਆਖਿਆ ਜੇ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਨੇ ਮੇਸ਼ਾ ਗਰਾਈਆਂ ਤੇ ਦੂਰ ਦਰਡੇ ਇਲਾਕਿਆਂ ਦੀ ਅਣਦੇਖੀ ਕੀਤੀ ਹੈ ਤੇ ਲੋਕਾਂ ਕੀ ਮੇਸ਼ਾ ਆਪਣੇ ਬੁਨਿਆਦੀ ਅਧਿਕਾਰਾਂ 'ਤੇ ਸੰਘਰਸ਼ ਕਰਨਾ ਪਿਆ ਜੁਗਲ ਕਿਸ਼ੋਰੋ ਨੇ ਆਖਿਆ ਜੇ 2014 ਚ ਕੇਂਦਰ ਚ ਨਰਿੰਦਰ ਮੋਦੀ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਪ੍ਰਿੰਤ ਦੇਸ਼ ਦੇ ਹਰੇਕ ਕੋਨੇ ਦਾ ਤੇਜ਼ ਰਫ਼ਤਾਰ ਕਰਨੇ ਵਿਕਾਸ ਸੰਭ 可能 ਹੈ ਉਨੇ ਗਲਾ ਜੇ ਪਹਿਲ ਕੀ ਸਰਕਾਰਾਂ ਦੇ ਸਮੇਂ ਛੜੇ ਨੀ ਪੱਥਰ ਗੇ ਰੱਖੇ ਜਾਂਦੇ ਹੀ ਤੇ ਪ੍ਰੋਜੈਕਟ ਨੇ ਦਾ ਕੰਮ ਤੋੜ ਨਾ ਚੜਿਆ ਜਾਂਦਾ ਪਰ ਮੌਜੂਦਾ ਸਰਕਾਰ ਪ੍ਰੋਜੈਕਟਿੰਗ ਦੀ ਸਬੂਰਾ ਕਰਵਾਉਣੇ ਪਰ ਸਭ ਨੇ ਸ਼ਮਤਾਂ ਧਿਆਨ ਦਿੰਦੀ ਹੈ ਤਾਂ ਜੇ ਲੋਕਾਂ ਕੀ ਹੁੰਦੇ ਬਾਦ ਤੋਂ ਬਾਦ ਫਾਇਦਾ ਅਸਲ ਹੋਈ ਸਕਣ ਬਕਬਕ ਲੱਖਾਂ ਤੇ ਮਾਇੰਦੇ ਕਈ ਸਾਰੇ ਡੈਲੀਗੇਸ਼ਨ ਨੇ ਸੰਸਦ ਸਦਸਿਆਂ ਦੇ ਕਰਨੇ ਮਲਾਟੀ ਕੀਤੀ ਤੇ ਪਾੜੀ ਲੋਕਾਂ ਲਈ ਸਿਆਸੀ ਆਰਖਣ ਦੀ ਮੰਗ ਹੁੰਦੇ ਅੱਗੇ ਰੱਖੀ ਰਮਨਦੀ ਡਿਪਟੀ ਕਮਿਸ਼ਨਰ ਮੁਸਰਰਤ ਇਸਲਾਮੋ ਨੇ ਕੰਗਾ ਗੰਦਰੀ ਛੜਕਾ ਦੇ ਓਕੜੇ ਸਥਾਣ ਦਾ ਦੌਰਾ ਲਾਇਆ ਜਿਸੀ ਆਲਦੀਆਂ ਬਰਖੇ ਕਾਰਨ ਬੜਾ ਮਤਾਂ ਨੁਕਸਾਨ ਪੁੱਜਦਾ ਡਿਪਟੀ ਕਮਿਸ਼ਨਰ ਹੋ ਨੇ ਲੋਕ ਨਿਰਮਾਣ ਵਿਭਾਗ ਦੇ ਐਗਜ਼ੀਕਿਊਟਿਵ ਇੰਜੀਨੀਅਰ ਨੂੰ ਕਿਹਾ ਕਿ ਜੋ ਛੜਕਾ ਦੇ ਓਕੜੇ 300 ਮੀਟਰ ਲੰਮੇ ਇਸੇ ਦੀ ਮੁਰੰਮਤ ਦਾ ਕੰਮ ਕਰਨ ਜਿਹੜਾ ਪਾਰੀ ਬਰਖੇ ਪ੍ਰੰਤ ਤੱਸਾ ਕਰਦਾ ਜੰਮੂ ਚ ਬਿਜਲੀ ਦੀ ਬੰਡ ਸਰਬੰਦੀ ਨਿਗਮ ਜੰਮੂ ਪਾਵਰ ਡਿਸਟ੍ਰਿਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਜੇ ਗਾਂਦਰੀ ਬਲਾਕ ਦੇ ਮਤੇ ਡਿਪਟੀ ਕਮਿਸ਼ਨਰ ਹੋਰ ਇਆਂਕੇ ਅਚੀ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਨਰਬਾਲੀ iali ਕੰਮ ਮੇਂ ਪ੍ਰਤਾਕ ਰੱਖੀ ਦਿੱ ਗਿਆ ਹੈ ਤੇ ਸਭੈ ਸਹੂਲਤਾਂ ਪ੍ਰਤੀਯਭਾਲ ਕਰਨੇ ਦਾ ਕੰਮ ਤੇਜ਼ ਰਫਤਾਰ ਕਰਨੇ ਤੋੜ ਝਾੜਿਆ ਜਾ ਕਰਦਾ ਹੈ ਜੰਮੂ ਸ਼ਟਨਾਕਰ ਰਾਸ਼ਟਰੀ ਛੜਕ NH 44 ਜੰਦੀ ਅਤੀ ਰਾਤੀ ਥਮਾ ਗੱਡੀਆਂ ਦੀ ਆਉਜਾਈ ਲਈ ਬੰਦ ਹੈ ਇੰਆ ਮਕਰਕੋਟ ਤੇ ਰਾਮਸੂਥਾਰ ਪੱਸੀਆਂ ਪੇਦੀਆਂ ਉਹਨੇ ਕਾਰਨ ਕੀਤਾ ਗਿਆ ਹੈ ਐਸਐਸਪੀ ਟ੍ਰੈਫਿਕ ਨੈਸ਼ਨਲ ਹਾਈਵੇ ਸ਼ਬੀਰ ਰਹਿਮਦੂਨ ਦੇ ਮੁਜਬ ਕਸ਼ਮੀਰ ਕਾਟੀ ਜਾਣੇ ਵਾਲੀਆਂ ਕਈ ਗੱਡੀਆਂ ਰਾਮਸੂ ਤੇ ਬਨਿਆਲ ਬਿਸ਼ਕਾਰ ਬੱਤਾ ਫਸੀ ਦੀਆਂ ਉਹਨੇ ਦੱਸਿਆ ਜੇ ਪੱਸੀਆਂ ਦਾ ਮਲਬਾਟਾ ਯਾ ਰਸਤਾ ਸਾਫ ਕਰਨ ਦਾ ਕੰਮ ਜੁਦਸਤਰ ਹੈ ਪਰ ਜਾਰੀ ਹੈ ਤੇ ਜੇਕਰ ਮੌਸਮ ਸਾਫ ਰਿਹਾ ਤਾਂ ਖੁਸ਼ਬਾ ਦੁਪਹਿਰੀ ਤੱਕ ਕਰ ਜੰਨਾਲੀ ਛੜਕੇ ਪਰ ਗੱਡੀਆਂ ਦੀ ਆਉਜਾਈ ਬਹਾਲ ਹੋਈ ਜਾਗ ਪੂਰੇ ਜੰਮੂ ਕਸ਼ਮੀਰ ਚਕਲ ਬਕ ਬਾਕ ਇਲਾਕਿਆਂ ਚ ਬਰਫਬਾਰੀ ਬਰਖਾ ਐਨ ਗੜਾ ਤੇ ਝੱਖੜ ਝੁਲਨੇ ਦੀ ਜਾਣਕਾਰੀ ਤੋਹੀ ਹੈ ਜੰਮੂ ਪ੍ਰਾਂਤ ਦੇ ਪੱਧਰਵਾ ਡੋਡਾ ਕਸ਼ਤਵਾਰ ਰਾਂਬਨ ਰਿਆਸੀ ਉਦਮਪੁਰ ਤੇ ਪੁੰਛ ਦੇ ਕਈ ਇਲਾਕਿਆਂ ਚ ਕਲ ਬਰਫਬਾਰੀ ਹੋਈ ਪਾਰੀ ਬਰਖਾ ਤੇ ਖਰਾਬ ਮੌਸਮ ਦੇ ਚਲਦੇ ਕਲ ਸ਼੍ਰੀ ਮਾਤਾ ਵਿਸ਼ਨੂ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਕੀ ਬੰਦ ਰੱਖਣਾ ਪਿਆ ਹੁਆ ਪੈਦਲ ਯਾਤਰਾ ਬਰੋਬਰ ਚੱਲੀ ਰਹੀ ਬਰਫਬਾਰੀ ਤੇ ਕਈ ਥਾਰੇ ਪਸੀਆਂ ਪੈਦੀਆਂ ਉਹਨੇ ਕਾਰਨ ਮੌਰ ਗੂਲ ਤੇ ਮੌਰ ਗੁਲਾਬਗੜਾਲੇ ਰਸਤੇ ਗੱਡੀਆਂ ਦੀ ਆਉਚਾਈ ਲਈ ਕਿਸ਼ਚਰੇ ਲਈ ਬੰਦ ਰੇ ਦੀ ਅਖੀਰ ਵਿੱਚ ਖਾਸ ਖਬਰਾਂ ਕੁਰੀ ਪਰਿਪਰਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਯੂਕਰੇਨ ਸੰਕਟ ਦੇ ਖਤਮ ਕਰਨ ਲਈ ਇਨਸਾਦੀ ਰੋਕਨੇ ਤੇ ਗਲਬਾਤ ਦਾ ਕੋਈ ਜ਼ਰੀਆ ਤੁੱਪਣੇ ਦੇ ਆਪਣੇ ਸੁਝਾਅ ਕੀ ਦੁਹਰਾਇਆ ਯੂਕਰੇਨ ਚ ਫਸੇ ਦੇ 219 ਭਾਰਤੀ ਨਾਗਰਿਕਾਂ ਲਈ ਇਹ ਪਹਿਲੀ ਦਿਵਾਰੀ ਜੰਦਰਾਤੀ ਰੋਮਾਨੀਆ ਥਾ ਮੁੰਬਈ ਪੁਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਰ ਆਪਣੇ ਰੇਡੀਓ ਕਾਰਕ੍ਰਮਾਨ ਕੀ ਬਾਤ ਰਾਏ ਅੱਜ ਦੇਸ਼ ਵਿਦੇਸ਼ ਡਰਾਉਣੇ ਵਾਲੇ ਸ਼ੋਤਾਇ ਕਰਨੇ ਵਿਚਾਰ ਸਾਂਝੇ ਕਰਨ ਗਨ ਇਹ ਦੇਖਣੇ ਕੇ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ